ਸੋਸੀ ਟੈਕ ਦਿਓ SSV ਐਂਟਰਟੇਨਮੈਂਟ ਤੁਹਾਡਾ ਆਪਣਾ ਚੈਨਲ ਲਓ ਜੀ ਦੋਸਤੋ ਅੱਜ ਫੇਰ ਆਪਾਂ ਜਲੰਧਰ ਜ਼ਿਲ੍ਹੇ ਦੇ ਪਿੰਡ ਕੋਟਬਾਦਲ ਖਾਂਚ ਹੀ ਆ ਗਏ ਆ ਤੁਹਾਡੇ ਲਈ ਪਿੰਡ ਦੀਆਂ ਹੋਰ ਜਾਣਕਾਰੀਆਂ ਲੱਭਣ ਲਈ ਪਰ ਮੈਂ ਪਹਿਲਾਂ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਕਰਦਾ ਤੁਸੀਂ ਕੋਟ ਬਦਲ ਖਾਂ ਪਿੰਡ ਦੇ ਪਹਿਲੇ ਦੋਵੇਂ ਭਾਗ ਹੀ ਬਹੁਤ ਪਸੰਦ ਕੀਤੇ ਆ ਹੁਣ ਅੱਜ ਦਾ ਆਹ ਤੀਜਾ ਭਾਗ ਵੀ ਚੰਗੀ ਤਰ੍ਹਾਂ ਦੇਖ ਲਿਓ ਫਿਰ ਜੇ ਕੋਈ ਸਾਂਝੀ ਥਾਂ ਜਾਂ ਜ਼ਰੂਰੀ ਗੱਲ ਤੁਹਾਨੂੰ ਇਹਨਾਂ ਤਿੰਨਾਂ ਭਾਗਾਂ 'ਚ ਨਾ ਦਿਖੀ ਜਾਂ ਫਿਰ ਰਹਿ ਗਈ ਹੋਵੇ ਤਾਂ ਤੁਸੀਂ ਬਾਈ ਸੁਖਦੀਪ ਸਿੰਘ ਲੀਹਾਂ ਵਾਲੇ ਵੀਰ ਨੂੰ ਆਹ ਫੋਨ 'ਤੇ ਗੱਲ ਕਰਕੇ ਦੱਸ ਦਿਓ ਜੇ ਤੁਸੀਂ ਪਾਕਿਸਤਾਨ ਦੇ ਕਿਸੇ ਪਿੰਡ 'ਚ ਬਹਿ ਕੇ ਸਾਡਾ ਇਹ ਪ੍ਰੋਗਰਾਮ ਦੇਖ ਰਹੇ ਹੋ ਤਾਂ ਫਿਰ ਤੁਸੀਂ ਪਾਕਿਸਤਾਨ 'ਚ ਪੀਰ ਆਬਦ ਅਲੀ ਸ਼ਾਹ ਜੀ ਨੂੰ ਆਹ ਫੋਨ 'ਤੇ ਗੱਲ ਕਰਕੇ ਦੱਸ ਦਿਓ ਫਿਰ ਆਪਾਂ ਉਹ ਸਾਰੀਆਂ ਜਾਣਕਾਰੀਆਂ ਅਗਲੇ ਸ਼ੁੱਕਰਵਾਰ ਨੂੰ ਯਾਨੀ 16 ਅਗਸਤ 2024 ਨੂੰ ਪਿੰਡ ਦੇ ਚੌਥੇ ਤੇ ਆਖਰੀ ਭਾਗ 'ਚ ਜ਼ਰੂਰ ਸ਼ਾਮਲ ਕਰਾਂਗੇ ਚਲੋ ਫਿਰ ਹੁਣ ਆਪਾਂ ਸ਼ੁਰੂ ਕਰ ਦਿੰਦੇ ਆ ਪਿੰਡ ਕੋਟ ਬਾਦਲਖਾਨ ਦਾ ਭਾਗ ਤੀਜਾ ਦੋਸਤੋ ਆਪਾਂ ਕੱਲ੍ਹ ਦੇ ਪ੍ਰੋਗਰਾਮ 'ਚ ਪਿੰਡ ਦੇ ਕੋਈ ਸਰਕਾਰੀ ਅਹੁਦਿਆਂ ਤੇ ਰਹੇ ਸੱਜਣਾ ਦੇ ਨਾਮ ਦੱਸੇ ਸੀ ਉਹਨਾਂ ਚ ਰਿਟਾਇਰ ਡਾਕੀਆ ਸਾਹਿਬ ਸ੍ਰੀ ਹਰਮੇਸ਼ ਚੰਦਰ ਜੀ ਦਾ ਨਾਮ ਰਹਿ ਗਿਆ ਸੀ ਇਹਦੇ ਲਈ ਮੈਂ ਮਾਫੀ ਵੀ ਮੰਗਦਾ ਤੇ ਆਹ ਹੈ ਜੀ ਪਿੰਡ ਚ ਰਤੇਸ਼ ਕਰਿਆਨਾ ਸਟੋਰ ਇਹ ਦੁਕਾਨ ਪਿੰਡ ਦੀਆਂ ਮਸ਼ਹੂਰ ਦੁਕਾਨਾਂ ਚੋਂ ਇੱਕ ਆ ਇਹਨਾਂ ਕੋਲ ਕਰਿਆਨੇ ਦਾ ਤਕਰੀਬਨ ਸਾਰੇ ਸਾਮਾਨ ਹੁੰਦਾ ਇੱਥੇ ਅਜੇ ਕੁਮਾਰ ਬਾਈ ਜੀ ਹੁੰਦੇ ਨੇ ਜੋ ਬਹੁਤ ਹੀ ਖوشदिल ਬੰਦੇ ਨੇ ਰੱਬ ਇਹਨਾਂ ਨੂੰ ਸਦਾ ਹੀ ਖੁਸ਼ ਰੱਖੇ ਤੇ ਆਹ ਹੈ ਜੀ ਨਿਊ ਬਤਰਾ ਹਾਰਡਵੇਅਰ ਸਟੋਰ ਇਹਨਾਂ ਕੋਲੋਂ ਹਾਰਡਵੇਅਰ ਦਾ ਸਾਰਾ ਸਮਾਨ ਤਾਂ ਮਿਲਦਾ ਹੀ ਆ ਇਹਨਾਂ ਕੋਲ ਪੇਂਟ ਵੀ ਬਹੁਤ ਵਧੀਆ ਦਰਜੇ ਦੇ ਹੁੰਦੇ ਨੇ ਤੇ ਇੱਥੇ ਸਾਨੂੰ ਦੀਪਕ ਪਤਰਾ ਸਾਹਿਬ ਮਿਲੇ ਧੰਨਵਾਦ ਜੀ ਤੇ ਆਹ ਹੈ ਗਰਮੀਆਂ ਦੇ ਮਹੀਨੇ ਚ ਸਭ ਦੀ ਪਸੰਦੀਦਾ ਜਗ੍ਹਾ ਜਾਣੀ ਫਰੈਸ਼ ਜੂਸ ਕੋਰਨਰ ਪੰਜਾਬੀ ਚ ਤਾਜ਼ੇ ਜੂਸ ਵਾਲਾ ਖੁੰਜਾ ਇੱਥੇ ਨਸੀਬੀਰ ਜੀ ਹੁੰਦੇ ਨੇ ਤੇ ਆਹ ਹੈ ਪਿੰਡ ਦੇ ਚੌਂਕ ਚ ਉੱਪਰ ਫਾਸਟ ਫੂਡ ਐਂਡ ਸਵੀਟ ਸ਼ਾਪ ਇਹਨਾਂ ਕੋਲ ਵੀ ਵਧੀਆ ਮਠਿਆਈਆਂ ਹੁੰਦੀਆਂ ਨੇ ਇੱਥੇ ਹਰੀਸ਼ ਬਾਈ ਜੀ ਹੁੰਦੇ ਆ ਤੇ ਆਹ ਹੈ ਹਮੰਸ਼ੂ ਕਲਾਥ ਹਾਊਸ ਜਾਨੀ ਕੱਪੜਿਆਂ ਦੀ ਦੁਕਾਨ ਇਹਨਾਂ ਕੋਲ ਵਧੀਆ ਤੇ ਸਸਤੇ ਸੂਟ ਮਿਲ ਜਾਂਦੇ ਨੇ ਇੱਥੇ ਬਾਈ ਹਮੰਸ਼ੂ ਸ਼ਰਮਾ ਜੀ ਹੁੰਦੇ ਨੇ ਦੋਸਤੋ ਕਦੇ-ਕਦੇ ਮੈਂ ਸੋਚਦਾ ਹੁੰਦਾ ਕਿ ਯਾਰ ਸਾਡੇ ਘਰ 'ਚ ਇੱਕ ਜਨਾਨੀ ਆ ਜਣੀ ਮੇਰੀ ਘਰ ਵਾਲੀ ਉਹੀ ਨੱਕ ਜਦਮ ਲਿਆਈ ਰੱਖਦੀ ਆ ਤੇ ਹਮਾਂਸ਼ੂ ਭਾਈ ਜੀ ਹੁਣੀ ਕਿੰਨੇ ਸ਼ਾਨ ਸਵਾ ਦੇ ਬੰਦੇ ਹੋਣਗੇ ਜਿਨ੍ਹਾਂ ਕੋਲ ਦਿਹਾੜੀ 'ਚ 100 ਔਰਤਾਂ ਆ ਕੇ ਆਹ ਦਿਖਾ ਦਿਓ ਉਹ ਦਿਖਾ ਦਿਓ ਆਹ ਮਹਿੰਗਾ ਉਹ ਨਹੀਂ ਲੈਣਾ ਆਹ ਦੇ ਦਿਓ ਇਹਦੇ 'ਚ ਤਾਂ ਚਿਰੀਆਂ ਨਿਕਲ ਜਾਂਦੀਆਂ ਨੇ ਥੋੜਾ ਜਿਹਾ ਰੇਟ ਘਟ ਕਰ ਲਓ ਨਾ ਵੇ ਭਾਈ ਤੂੰ ਤਾਂ ਬੜਾ ਮਹਿੰਗਾ ਲਾਉਣਾ ਨੂਰ ਮਹਿਲ ਤੋਂ ਤਾਂ ਇੰਨੇ ਦਾ ਆ ਜਾਂਦਾ ਪਰ ਫੇਰ ਵੀ ਕੱਪੜੇ ਦੀਆਂ ਦੁਕਾਨਾਂ ਵਾਲੇ ਵੀਰ ਬਿਨਾ ਮੱਥੇ ਤੇ ਵੱਟ ਪਾਏ ਬਸ ਸੁਣੀ ਜਾਂਦੇ ਆ ਬਹੁਤ ਸ਼ਾਨ ਸਭਾ ਦੇ ਬੰਦੇ ਹੁੰਦੇ ਆ ਇਹ ਪਰ ਇਹ ਕੰਮ ਇਹਨਾਂ ਦੇ ਬਸਦਾਰ ਹੋਗਾ ਮੇਰੇ ਵਰਗਾ ਬੰਦਾ ਨਹੀਂ ਇਹ ਕੰਮ ਕਰ ਸਕਦਾ ਸੱਚੀ ਸਲੂਟ ਆ ਸਾਰੇ ਕੱਪੜੇ ਦੀਆਂ ਦੁਕਾਨਾਂ ਵਾਲੇ ਵੀਰਾਂ ਨੂੰ ਚਲੋ ਹੁਣ ਆਪਾਂ ਤੁਹਾਨੂੰ ਪਿੰਡ ਦਾ ਜਨੇਜਾ ਕਰਿਆਨਾ ਸਟੋਰ ਦਿਖਾਉਨੇ ਆ ਇਹ ਵੀ ਦੁਕਾਨ ਬਹੁਤ ਵਧੀਆ ਚੱਲਦੀ ਆ ਇੱਥੇ ਸਾਨੂੰ सोनू ਵੀਰ ਜੀ ਮਿਲੇ ਧੰਨਵਾਦ सोनू ਵੀਰ ਤੇ ਆਹ ਹੈ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਸ਼੍ਰੀ ਰਾਮਕ੍ਰਿਸ਼ਨ ਜੀ ਦੀ ਕਰਿਆਨੇ ਦੀ ਦੁਕਾਨ ਇਹ ਵੀ ਬਹੁਤ ਸਿਆਣੇ ਤੇ ਸਾਊ ਸੁਭਾਅ ਦੇ ਬੰਦੇ ਨੇ ਧੰਨਵਾਦ ਜੀ ਫਿਰ ਦੋਸਤੋ ਆਹ ਹੈ ਪਿੰਡ ਕੋਟਬਾਦਲ ਖਾਨ ਦਾ ਸਾਈਂ ਦਰਬਾਰ ਇਹ ਜਗ੍ਹਾ ਵੀ ਬਹੁਤ ਸੋਹਣੀ ਬਣਾਈ ਹੋਈ ਆ ਇੱਥੇ ਵੀ ਪਿੰਡ ਦੇ ਬਹੁਤ ਲੋਕ ਮੱਥਾ ਟੇਕਣ ਆਉਂਦੇ ਨੇ ਤੇ ਇਸ ਜਗ੍ਹਾ ਦੇ ਸਾਹਮਣੇ ਆਹ ਇੱਕ ਹੋਰ ਜਗ੍ਹਾ ਵੀ ਬਣਾਈ ਹੋਈ ਆ ਪਰ ਸਾਨੂੰ ਇਸ ਜਗ੍ਹਾ ਦਾ ਨਾਮ ਨਹੀਂ ਪਤਾ ਲੱਗ ਸਕਿਆ ਪਰ ਕਹਿੰਦੇ ਇਸ ਜਗ੍ਹਾ ਨੂੰ ਵੀ ਕਈ ਪਰਿਵਾਰ ਮੰਨਦੇ ਆ ਫਿਰ ਪਿੰਡ ਤੋਂ ਜਿਹੜਾ ਨੂਰ ਮਹਿਲ ਨੂੰ ਜਾਂਦਾ ਉਹਦੇ ਤੇ ਆਹ ਭੰਬਰਾ ਬਿਲਡਿੰਗ ਵਰਕਰਸ ਆ ਇਹ ਗੇਟ ਗ੍ਰਿਲਾਂ ਤੇ ਸ਼ਟਰ ਬਹੁਤ ਹੀ ਸਹੀ ਰੇਟ ਤੇ ਤੇ ਸਹੀ ਸਮੇਂ ਸਰ ਬਣਾ ਕੇ ਦਿੰਦੇ ਨੇ ਇੱਥੇ ਬਾਈ ਮਨਪ੍ਰੀਤ ਜੀ ਹੁੰਦੇ ਆ ਇਹ ਵੀ ਵਧੀਆ ਬੰਦੇ ਨੇ ਫਿਰ ਦੋਸਤੋ ਪਿੰਡ ਦੀ ਪਾਣੀ ਵਾਲੀ ਟੈਂਕੀ ਦੇ ਪਿਛਲੇ ਪਾਸੇ ਆ ਵੀ ਇੱਕ ਸ਼ਹੀਦਾਂ ਦੀ ਜਗ੍ਹਾ ਬਣਾਈ ਹੋਈ ਆ ਪਰ ਸਾਨੂੰ ਇਸ ਜਗ੍ਹਾ ਦੇ ਨਾਮ ਦਾ ਨਹੀਂ ਪਤਾ ਲੱਗ ਸਕਿਆ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਦੋਸਤੋ ਆ ਹੈ ਬਾਬਾ ਉਮਰੇਸ਼ਾਹ ਜੀ ਦਾ ਦਰਬਾਰ ਇਹ ਜਗ੍ਹਾ ਵੀ ਬਹੁਤ ਸੋਹਣੀ ਬਣਾਈ ਹੋਈ ਆ

ਪਿੰਡ ਕੋਟ ਬਾਦਲ ਖਾਂਚ ਤੇ ਨੇੜੇ ਤੇੜੇ ਦੇ ਪਿੰਡਾਂ 'ਚ ਬਹੁਤ ਮਾਨਤਾ ਤੇ ਆ ਤੁਸੀਂ ਅੰਦਰੋਂ ਵੀ ਦੇਖੋ ਦਰਬਾਰ ਬਹੁਤ ਹੀ ਸੋਹਣਾ ਬਣਾਇਆ ਹੋਇਆ ਤੇ ਇਸ ਜਗ੍ਹਾ ਤੇ ਆਹ ਇਧਰਲੇ ਪਾਸੇ ਇੱਕ ਭੋਰਾ ਵੀ ਬਣਿਆ ਹੋਇਆ ਕਹਿੰਦੇ ਇਸ ਭੋਰੇ 'ਚ ਭਗਤੀ ਹੁੰਦੀ ਆ ਤੇ ਆਹ ਹੈ ਪਿੰਡ ਕੋਟ ਬਾਦਲ ਖਾਂਚ ਬਾਬਾ ਤਕੀਏ ਜੀ ਦਾ ਦਰਬਾਰ ਇਸ ਜਗ੍ਹਾ ਨੂੰ ਪਿੰਡ 'ਚ ਤਕੀਆ ਜਾਂ ਤਕੀਏ ਵਾਲੀ ਜਗ੍ਹਾ ਕਹਿ ਦਿੰਦੇ ਆ ਇਹ ਦਰਬਾਰ ਵੀ ਬਹੁਤ ਪੁਰਾਣਾ ਜਾਣੀ ਪਿੰਡ ਦੀਆਂ ਪੁਰਾਣੀਆਂ ਨਿਸ਼ਾਨੀਆਂ 'ਚੋਂ ਇੱਕ ਆ ਇਹ ਵੀ ਤੇ ਜਿਹੜੇ ਪਰਿਵਾਰ ਪਿੰਡ ਕੋਟ ਬਦਲ ਖਾਂ ਤੋਂ ਉੱਜੜ ਕੇ ਪਾਕਿਸਤਾਨ ਚ ਜਾ ਕੇ ਬਸੇ ਨੇ ਇਹ ਜਗ੍ਹਾ ਤਾਂ ਉਹਨਾਂ ਨੂੰ ਵੀ ਯਾਦ ਹੋਣੀ ਆ ਜਗ੍ਹਾ ਬਣਾਈ ਵੀ ਬਹੁਤ ਸੋਹਣੀ ਆ ਬਾਹਰ ਵਧੀਆ ਬੈਠਣ ਨੂੰ ਇੱਕ ਪਾਰਕ ਵਾਂਗ ਵੀ ਬਣਾਇਆ ਹੋਇਆ ਇਧਰਲੇ ਪਾਸੇ ਓਪਨ ਜਿਮ ਦੀਆਂ ਮਸ਼ੀਨਾਂ ਵੀ ਲਾਈਆਂ ਹੋਈਆਂ ਨੇ ਇੱਥੇ ਆਹ ਬਾਬਾ ਮਲੰਗ ਸ਼ਾਹ ਜੀ ਦਾ ਬਹੁਤ ਸੋਹਣਾ ਦਰਬਾਰ ਬਣਾਇਆ ਹੋਇਆ ਤੇ ਇਸ ਜਗ੍ਹਾ ਦੇ ਇਧਰਲੇ ਪਾਸੇ ਆਹ ਬਾਬਾ ਨੱਥੀ ਜੀ ਦੀ ਜਗ੍ਹਾ ਬਣਾਈ ਹੋਈ ਆ ਪਿੰਡ ਚ ਤਕੀਏ ਵਾਲੀ ਜਗ੍ਹਾ ਬਹੁਤ ਮਸ਼ਹੂਰ ਆ ਲੋਕ ਬਹੁਤ ਮੰਨਦੇ ਆ ਇਸ ਜਗ੍ਹਾ ਨੂੰ ਇੱਥੇ ਹਰ ਸਾਲ ਜੋੜ ਮੇਲਾ ਵੀ ਕਰਾਇਆ ਜਾਂਦਾ ਫਿਰ ਆ ਹੈ ਜੀ ਪਿੰਡ ਸ਼ਿਵ ਮੰਦਿਰ ਇਹ ਮੰਦਿਰ ਵੀ ਬਹੁਤ ਸੋਹਣਾ ਬਣਾਇਆ ਹੋਇਆ ਇੱਥੇ ਵੀ ਪਿੰਡ ਦੇ ਬਹੁਤ ਪਰਿਵਾਰ ਮੱਤਾ ਟੇਕਦੇ ਨੇ ਕਹਿੰਦੇ ਇੱਥੇ ਵੀ ਵੱਡੇ ਵੱਡੇ ਸਮਾਗਮ ਹੁੰਦੇ ਨੇ ਖਾਸ ਕਰਕੇ ਸ਼ਵਰਾਤਰੀ ਨੂੰ ਇੱਥੇ ਮਹਾ ਸ਼ਿਵਰਾਤਰੀ ਉਤਸਵ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਤੇ ਇਹ ਮੰਦਿਰ ਵੀ ਬਹੁਤ ਪੁਰਾਣਾ ਮੰਦਿਰ ਆ ਦੋਸਤੋ ਹੁਣ ਆਪਾਂ ਆ ਗਏ ਆ ਪਿੰਡ ਦੀ ਮਸ਼ਹੂਰ ਤੇ ਰੋਕੀ ਸਵੀਟ ਸ਼ਾਪ ਤੇ ਇਸ ਦੁਕਾਨ ਦੀ ਬੇਸਣ ਦੀ ਵਰਤ ਵੀ ਬਹੁਤ ਮਸ਼ਹੂਰ ਆ ਕਹਿੰਦੇ ਬਾਹਰਲੇ ਦੇਸ਼ਾਂ ਨੂੰ ਵੀ ਲੋਕ ਇਹਨਾਂ ਦੀ ਬਰਫੀ ਲੈ ਕੇ ਜਾਂਦੇ ਆ ਇਸ ਦੁਕਾਨ ਤੇ ਆ ਵੀਰ ਜੀ ਹੁੰਦੇ ਆ ਇਹਨਾਂ ਦੇ ਪਿਤਾ ਜੀ ਦਾ ਨਾਮ ਆ ਧਨਪਤਰਾਏ ਜੀ ਤੇ ਦਾਦਾ ਜੀ ਦਾ ਨਾਮ ਆ ਰੁਲੀਆ RAM ਜੀ ਬਾਈ ਬਹੁਤ ਹੀ ਖੁਸ਼ਮિજાਜ ਆ ਜਿਉਂਦਾ ਰਹਿ ਵੀਰ ਫਿਰ ਆ ਹੈ ਕਸ਼ਮੀਰੀ ਲਾਲ ਕਰਿਆਨਾ ਸਟੋਰ ਇਹਨਾਂ ਕੋਲ ਵੀ ਕਰਿਆਨੇ ਦਾ ਵਧੀਆ ਸਾਮਾਨ ਆ ਤੇ ਇੱਥੇ ਭਾਈ ਲੱਭਪ੍ਰੀਤ ਸਿੰਘ ਜੀ ਹੁੰਦੇ ਨੇ ਧੰਨਵਾਦ ਜੀ ਤੇ ਹੁਣ ਆਪਾਂ ਆ ਗਏ ਆ ਪਿੰਡ ਦੀ ਤੇ ਇਲਾਕੇ ਦੀ ਮਸ਼ਹੂਰ ਕੇਵਲ ਵਿਕਰੀ ਤੇ ਇਸ ਦੁਕਾਨ ਚ ਵੜਦੇ ਸਾਰੇ ਸਾਨੂੰ ਆ ਆਪ ਬਾਈ ਕੇਵਲ ਜੀ ਮਿਲ ਗਏ ਇਹ ਸਾਡੇ ਜੰਦਿਆਂ ਨੂੰ ਤਾਜੇ ਬਿਸਕਟ ਬਣਾ ਰਹੇ ਸੀ ਆਜੋ ਆਪਾਂ ਤੁਹਾਨੂੰ ਬਿਸਕਟ ਬਣਦੇ ਹੋਏ ਦਿਖਾਉਨੇ ਆ ਆਨੇ ਬਾਈ ਹਰਪ੍ਰੀਤ ਸਿੰਘ ਜੀ ਤੇ ਇਧਰ ਇਹਨਾਂ ਦਾ ਓਵਨ ਇਹਨਾਂ ਦੇ ਬਿਸਕਟ ਬਹੁਤ ਮਸ਼ਹੂਰ ਨੇ ਕਿਉਂਕਿ ਇੱਕ ਤਾਂ ਬਾਈ ਕੇਵਲ ਸਿੰਘ ਜੀ ਹੋਣੀ ਤਾਜੇ ਬਣਾਉਂਦੇ ਆ ਉਤੋਂ ਆਪ ਕੋਲ ਖੜਕੇ ਬਣਾਉਂਦੇ ਆ ਜਾਨੀ ਲਾਂਬੇ ਵਾਲਾ ਕੰਮ ਹੀ ਨਹੀਂ ਉਹ ਵੀ ਵਧੀਆ ਬੰਦੇ ਨੇ ਕੇਵਲ ਬਾਈ ਜੀ ਫੇਰ ਸਾਨੂੰ ਪਿੰਡ ਚਾਹਾ ਇੱਕ ਚਲਦੀ ਫਿਰਦੀ ਦੁਕਾਨ ਵੀ ਮਿਲ ਗਈ ਇਹ ਦੁਕਾਨ ਬਾਈ ਗਰਮੇਲ ਸਿੰਘ ਜੀ ਦੀ ਆ ਬਾਈ ਯਾਰ ਅਬੀਰ ਬਣ ਕੇ ਹੋਕਾ ਹੀ ਸੁਣਾ ਦੇ ਸਵਾਗਤ ਹਲਵਾ ਪਿੰਡ ਤੋਰੀ ਰਾਮ ਤੋਰੀ ਬਤਾਓ ਕarele ਆਰਬੀ ਸ਼ਿਮਲਾ ਮਿਰਚਾਂ ਲੂ ਹਰਿਆ ਮਿਰਚਾਂ ਟਵਾੜੇ ਸੱਪੇ ਗੰਨੇ ਆਂਦੂ ਮੱਠੇ ਆਂਬਲੂ ਧੰਨਵਾਦ ਵੀਰ ਜੀ ਜਿਉਂਦੇ ਰਹੋ ਜੀ ਚਲੋ ਹੁਣ ਆਪਾਂ ਤੁਹਾਨੂੰ ਸ਼੍ਰੀ ਕ੍ਰਿਸ਼ਨ ਜੀ ਤੇ ਪੈਰੋ ਮੰਦਿਰ ਦੇ ਦਰਸ਼ਨ ਕਰਾਉਨੇ ਆ ਇਹ ਵੀ ਪਿੰਡ ਦਾ ਬਹੁਤ ਪੁਰਾਣਾ ਮੰਦਿਰ ਆ ਇੱਥੇ ਵੀ ਬਹੁਤ ਸੰਗਤ ਮੱਥਾ ਟੇਕਣ ਆਉਂਦੀ ਆ ਫਿਰ ਪਿੰਡ ਦੇ ਸ਼੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਸਾਹਿਬ ਕੋਲ ਆਪਾਂ ਬਾਬਾ ਹਾਜੀ ਸਾਹਿਬ ਜੀ ਦੇ ਦਰਬਾਰ ਤੇ ਆ ਗਏ ਆ ਇਹ ਦਰਬਾਰ ਵੀ ਬਹੁਤ ਵਧੀਆ ਬਣਾਇਆ ਹੋਇਆ ਕਹਿੰਦੇ ਇੱਥੇ ਵੀ ਜੇ ਦਿਨੋਂ ਸੁੱਖ ਸੁਖ ਲੋ ਤਾਂ ਬਾਬਾ ਹਾਜੀ ਸ਼ਾਹ ਜੀ ਪੂਰੀ ਕਰ ਦਿੰਦੇ ਨੇ ਫਿਰ ਗੁਰਦੁਆਰਾ ਸਾਹਿਬ ਦੇ ਸਾਹਮਣੇ ਆ ਵੀ ਇੱਕ ਜਗ੍ਹਾ ਬਣੀ ਹੋਈ ਆ ਫੇਰ ਪਿੰਡ ਕੋਟਬਾਦਲ ਖਾਂਚ ਲਾਲਾਂ ਵਾਲੇ ਪੀਰ ਜੀ ਦਾ ਵੀ ਆਹ ਬਹੁਤ ਹੀ ਵਧੀਆ ਦਰਬਾਰ ਬਣਾਇਆ ਹੋਇਆ ਇੱਥੇ ਵੀ ਤਕਰੀਬਨ ਸਾਰਾ ਪਿੰਡ ਹੀ ਮੱਥਾ ਟੇਕਦਾ ਤੇ ਹੁਣ ਆਪਾਂ ਆ ਗਏ ਆ ਬਾਈ ਰਤਨ ਸਿੰਘ ਜੀ ਦੀ ਦੁਕਾਨ ਤੇ ਇਹ ਦੁਕਾਨ ਪਿੰਡ ਚ ਰਾਮਗੜੀਆ ਗੁਰੂ ਘਰ ਵਾਲੇ ਪਾਸੇ ਆ ਇਹ ਦੁਕਾਨ ਵੀ ਬਹੁਤ ਪੁਰਾਣੀ ਤੇ ਮਸ਼ਹੂਰ ਆ ਇਹਨਾਂ ਕੋਲੋਂ ਰੰਬੇ ਦਾਤੀਆਂ ਤਵੀਆਂ ਜਾਣੀ ਵਧੀਆ ਸਮਾਨ ਮਿਲ ਜਾਂਦਾ ਇੱਥੇ ਸਾਨੂੰ ਬਾਈ ਤਰਨਦੀਪ ਸਿੰਘ ਜੀ ਮਿਲੇ ਤੇ ਆਹ ਹੈ ਬੀਐਸਐਨਐਲ ਦੀ ਐਕਸਚੇਂਜ ਜਾਣੀ ਟੈਲੀਫੋਨ ਐਕਸਚੇਂਜ ਤੇ ਆਹ ਹੈ ਜੀ ਪੱਪੂ ਕਰਿਆਨਾ ਸਟੋਰ ਇਸ ਦੁਕਾਨ ਤੇ ਸਾਨੂੰ ਅਸ਼ਵਨੀ ਕੁਮਾਰ ਜੀ ਮਿਲੇ ਧੰਨਵਾਦ ਜੀ ਫਿਰ ਆਹ ਕਹਿੰਦੇ ਜੀ ਪਿੰਡ ਦਾ ਜੰਜ ਘਾਰ ਆ ਤੇ ਹੁਣ ਆਪਾਂ ਆ ਗਏ ਆ ਪਿੰਡ ਦੇ ਬਹੁਤ ਹੀ ਪੁਰਾਣੇ ਸ਼੍ਰੀ ਦੁਰਗੇਣਾ ਮੰਦਿਰ ਚ ਪਿੰਡ ਦੇ ਸਿਆਣੇ ਕਹਿੰਦੇ ਇਹ ਮੰਦਿਰ ਤਕਰੀਬਨ 250 ਸਾਲ ਪੁਰਾਣਾ ਪਰ ਸੱਚੀ ਮੰਦਿਰ ਬਹੁਤ ਹੀ ਸੋਹਣਾ ਬਣਾਇਆ ਹੋਇਆ ਵੈਸੇ ਰੱਬ ਦੇ ਘਰ ਤਾਂ ਸਾਰੇ ਹੀ ਸੋਹਣੇ ਹੁੰਦੇ ਆ ਪਰ ਫੇਰ ਵੀ ਇਸ ਮੰਦਿਰ ਦੀ ਇਮਾਰਤ ਦੇ ਕੇ ਰੂਹ ਖੁਸ਼ ਹੁੰਦੀ ਆ ਤੇ ਇਸ ਮੰਦਿਰ ਦੀ ਨਵੀਂ ਇਮਾਰਤ ਦੀ ਸੇਵਾ ਸ੍ਰੀ ਬਸੰਤ RAM ਜੀ ਦੀ ਯਾਦ ਚ ਉਹਨਾਂ ਦੇ ਸੁਪੁੱਤਰਾਂ ਸ੍ਰੀ ਜੀਤ ਲਾਲ ਜੀ ਤੇ ਸ੍ਰੀ ਕ੍ਰਿਸ਼ਨ ਲਾਲ ਜੀ ਨੇ ਕਰਵਾਈ ਆ ਇੱਥੇ ਵੀ ਬਹੁਤ ਵੱਡੇ ਵੱਡੇ ਸਮਾਗਮ ਕਰਾਏ ਜਾਂਦੇ ਨੇ ਕਹਿੰਦੇ ਇੱਥੋਂ ਦਾ ਵਿਸ਼ਾਲ ਜਾਗਰਣ ਤਾਂ ਦੇਖਣ ਵਾਲਾ ਹੁੰਦਾ ਲੋਕੀਂ ਦੂਰੋਂ ਦੂਰੋਂ ਪਹੁੰਚਦੇ ਨੇ ਇਸ ਮੰਦਿਰ ਚ ਤੇ ਇਸ ਮੰਦਿਰ ਦੇ ਬਿਲਕੁਲ ਸਾਹਮਣੇ ਮੰਦਰ ਦੀ ਕਮੇਟੀ ਵੱਲੋਂ ਹੀ ਆਹ ਜੰਝ ਘਰ ਵੀ ਬਹੁਤ ਸੋਹਣਾ ਬਣਾਇਆ ਹੋਇਆ ਤੇ ਅਸੀਂ ਬਾਈ ਬ੍ਰਿਜਮੋਣ ਜੀ ਦੇ ਬਹੁਤ ਧੰਨਵਾਦੀ ਆ ਇਹਨਾਂ ਨੇ ਸਾਨੂੰ ਮੰਦਰ ਦੇ ਦਰਸ਼ਨ ਕਰਵਾਏ ਨਾਲੇ ਜੰਝ ਘਰ ਵੀ ਦਿਖਾਇਆ ਬਾਈ ਬ੍ਰਿਜਮੋਣ ਜੀ ਦੀ ਸੁਨਿਆਰ ਦੀ ਦੁਕਾਨ ਆ ਚਲੋ ਆਪਾਂ ਐਂ ਹੋ ਕਰਦੇ ਆ ਤੁਹਾਨੂੰ ਇਹਨਾਂ ਦੀ ਦੁਕਾਨ ਤੇ ਲੈ ਚਲਦੇ ਆ ਹਾਂਜੀ ਆ ਆ ਗਏ ਆਪਾਂ ਰਾਮਪਾਲ ਜੁਵੈਲਰਸ ਤੇ ਤੇ ਬਾਈ ਬ੍ਰਿਜਮੋਣ ਜੀ ਨੂੰ ਤਾਂ ਤੁਸੀਂ ਪਹਿਲਾਂ ਮਿਲ ਹੀ ਚੁੱਕੇ ਆ ਇਹ ਵੀ ਪਿੰਡ ਦੀ ਬਹੁਤ ਪੁਰਾਣੀ ਦੁਕਾਨ ਆ ਜਾਣੀ ਇਹ ਦੁਕਾਨ ਇਹਨਾਂ ਦੇ ਦਾਦਾ ਜੀ ਨੇ ਬਣਾਈ ਸੀ ਤਕਰੀਬਨ 100 ਸਾਲ ਪਹਿਲਾਂ ਦੋਸਤੋ ਇਹ ਮੇਰਾ ਆਪ ਦਾ ਮੰਨਣਾ ਕਿ ਸੋਨੇ ਦੇ ਗਹਿਣੇ ਆਪਾਂ ਨੂੰ ਆਪਦੇ ਜਾਣ ਪਛਾਣ ਵਾਲੇ ਜੁਵੇਲਰ ਤੋਂ ਹੀ ਲੈਣੇ ਚਾਹੀਦੇ ਆ ਹੁਣ ਬਾਈ ਬ੍ਰਿਜਮੋਣ ਜੀ ਦੀ ਪਿੰਡ ਦੇ ਵਿੱਚ ਹੀ ਦੁਕਾਨ ਆ ਇੱਕ ਤਾਂ ਇਹ 100% ਤੁਹਾਨੂੰ ਖਰਾ ਸੋਨਾ ਦੇਣਗੇ ਦੂਜਾ ਮੂੰਹ ਮੱਥੇ ਲੱਗਦੇ ਕਰਕੇ ਪੈਸਿਆਂ ਦਾ ਵੀ ਉੱਪਰ ਥੱਲੇ ਹੋ ਜਾਂਦਾ ਤੀਜਾ ਆਪਣੇ ਨਾਲ ਕੋਈ ਠੱਗੀ ਨਹੀਂ ਵੱਜ ਸਕਦੀ ਕਿਉਂਕਿ ਇਹਨਾਂ ਨੂੰ ਆਪਾਂ ਲੰਬਾ ਵੀ ਸਕਦੇ ਆ ਪਰ ਜਦੋਂ ਆਪਾਂ ਨਕੋਦਰ ਤੋਂ ਜਾਂ ਜਲੰਧਰ ਤੋਂ ਕਿਸੇ ਵੱਡੀ ਸਾਰੀ ਜੁਵੈਲਰੀ ਦੀ ਦੁਕਾਨ ਤੋਂ ਗਹਿਣੇ ਲੈ ਕੇ ਆਉਣੇ ਆ ਉਹਨਾਂ ਨੂੰ ਆਪਾਂ ਫਿਰ ਲਾਂਭਾ ਨਹੀਂ ਦੇ ਸਕਦੇ ਸੋ ਜੇ ਮੇਰੀ ਮੰਨੋ ਤਾਂ ਆਪਾਂ ਨੂੰ ਆਪਦੇ ਪਿੰਡਾਂ ਚੋਂ ਹੀ ਗਹਿਣੇ ਖਰੀਦਣੇ ਚਾਹੀਦੇ ਆ ਬਾਕੀ ਬ੍ਰਿਜਮੋਣ ਜੀ ਹੋਣਾ ਦਾ ਵਿਸ਼ਵਾਸ ਤਾਂ 100 ਸਾਲਾਂ ਤੋਂ ਵੀ ਉੱਪਰ ਦਾ ਮੇਰੀ ਇਸ ਗੱਲ ਤੇ ਵਿਚਾਰ ਕਰਿਓ ਤੋਖਾ ਨਹੀਂ ਖਾਓਗੇ ਫਿਰ ਦੋਸਤੋ ਪਿੰਡ ਕੋਟਬਾਦਲ ਖਾਂ ਚ ਆਹ ਚੰਦੀ ਫਿਲਿੰਗ ਸਟੇਸ਼ਨ ਵੀ ਆ ਜਾਨੀ ਇੰਡੀਅਨ ਔਇਲ ਦਾ ਪੰਪ ਇਹਦਾ ਵੀ ਪਿੰਡ ਵਾਲਿਆਂ ਨੂੰ ਬਹੁਤ ਸੋਖਾ ਇੱਥੇ ਸਾਨੂੰ ਬਾਈ ਸੰਦੀਪ ਸਿੰਘ ਜੀ ਮਿਲੇ ਤੇ ਇਹਨਾਂ ਦੇ ਨਾਲ ਸਾਨੂੰ ਬਾਈ ਪ੍ਰਭਜੋਤ ਸਿੰਘ ਜੀ ਵੀ ਮਿਲੇ ਇਹਨਾਂ ਦੀ ਡਿਊਟੀ ਪੰਪ ਦੇ ਪਿਛਲੇ ਪਾਸੇ ਜਿਹੜਾ ਬੀਐਸਐਨਐਲ ਦਾ ਟਾਵਰ ਆ ਉੱਥੇ ਆ ਜਿਉਂਦੇ ਰੋਵੀਰ ਤੇ ਆਹ ਹੈ ਜੀ ਭਗਵਾਨ ਸ਼੍ਰੀ ਵਾਲਮੀਕ ਜੀ ਦਾ ਮੰਦਿਰ ਇਸ ਮੰਦਿਰ ਦੀ ਇਮਾਰਤ ਵੀ ਬਹੁਤ ਸੋਹਣੀ ਬਣਾਈ ਹੋਈ ਆ ਤੇ ਇਸ ਮੰਦਿਰ ਚ ਬਾਈ ਗਰਮੀਤ ਸਿੰਘ ਜੀ ਸੇਵਾ ਕਰਦੇ ਨੇ ਤੇ ਇਸ ਮੰਦਿਰ ਦੇ ਸਾਹਮਣੇ ਆ ਵੀ ਇੱਕ ਜਗ੍ਹਾ ਬਣੀ ਹੋਈ ਆ ਪਰ ਸਾਨੂੰ ਇਸ ਜਗ੍ਹਾ ਦਾ ਨਾਂ ਨਹੀਂ ਪਤਾ ਲੱਗ ਸਕਿਆ ਪਰ ਇਹਦੀ ਇਮਾਰਤ ਬਣ ਰਹੀ ਆ ਹਲੇ ਫਿਰ ਦੋਸਤੋ ਪਿੰਡ ਦੇ ਸਕੂਲ ਦੇ ਮਗਰਲੇ ਪਾਸੇ ਉਹ ਪਾਪਾ ਬਿਸ਼ਕਰਮਾ ਜੀ ਦਾ ਮੰਦਿਰ ਵੀ ਬਣਿਆ ਹੋਇਆ ਤੇ ਆਹ ਹੈ ਪਿੰਡ ਚ ਕਿਨਰਾ ਬੈਂਕ ਦੀ ਬ੍ਰਾਂਚ ਤੇ ਆਹ ਹੈ ਕੋਆਪਰੇਟਿਵ ਬੈਂਕ ਦੀ ਬ੍ਰਾਂਚ ਇਹ ਦੋਵੇਂ ਬੈਂਕਾਂ ਨੂਰਮਹਿਲ ਨੂੰ ਜਾਣ ਵਾਲੇ ਰਾਹ ਤੇ ਨੇ ਤੇ ਆਹ ਹੈ ਪਿੰਡ ਚ ਡੀਐਸ ਫਿਟਨੈਸ ਜਮ ਇਹ ਜਮ ਪਿੰਡ ਦੀ ਖੇਤੀਬਾੜੀ ਸੁਸਾਇਟੀ ਦੇ ਕੋਲ ਆ ਤੇ ਆਹ ਹੈ ਜੀ ਮੈਮੀ ਟਰੈਕਟਰ ਵਰਕਸ਼ਾਪ ਇੱਥੇ ਭਾਈ ਅਮਨ ਜੀ ਹੁੰਦੇ ਨੇ ਇਹ ਵੀ ਟਰੈਕਟਰਾਂ ਦੇ ਚੋਟੀ ਦੇ ਮਕੈਨਿਕ ਨੇ ਇਹਨਾਂ ਕੋਲ ਨੇੜੇ-ਤੇੜੇ ਦੇ ਪਿੰਡਾਂ ਤੋਂ ਵੀ ਲੋਕ ਟਰੈਕਟਰ ਠੀਕ ਕਰਾਉਣ ਆਉਂਦੇ ਨੇ ਫਿਰ ਨੂਰਮਹਿਲ ਨੂੰ ਜਾਣ ਵਾਲੇ ਰਾਹ ਤੇ ਆਹਾ ਬਾਬਾ ਜੀਵੇਸ਼ਾ ਸਰਕਾਰ ਜੀ ਦਾ ਦਰਬਾਰ ਬਣਾਇਆ ਹੋਇਆ ਇਹ ਵੀ ਬਹੁਤ ਖੁੱਲੇ ਥਾਂ 'ਚ ਆ ਤੇ ਇੱਥੇ ਬਹੁਤ ਸੋਹਣੇ ਦਰਖਤ ਵੀ ਲਾਏ ਹੋਏ ਨੇ ਇੱਥੇ ਵੀ ਹਰ ਸਾਲ ਜੋੜ ਮੇਲਾ ਕਰਾਇਆ ਜਾਂਦਾ ਤੇ ਹੁਣ ਆਪਾਂ ਆ ਗਏ ਆ ਜੀ ਜੰਡੂ ਸਪੇਅਰ ਪਾਰਟਸ ਦੀ ਦੁਕਾਨ ਤੇ ਇੱਥੇ ਭਾਈ ਕੁਲਦੀਪ ਸਿੰਘ ਜੀ ਹੁੰਦੇ ਨੇ ਇਹਨਾਂ ਕੋਲੋਂ ਟਰੈਕਟਰਾਂ ਦੇ ਮੋਟਰਸਾਈਕਲ ਦੇ ਤੇ ਸਕੂਟਰਾਂ ਦੇ ਸਪेयर पार्ट्स ਮਿਲ ਜਾਂਦੇ ਨੇ ਤੇ ਆਹ ਹੈ ਜੀ ਪਿੰਡ ਚ ਬੰਗੜ ਸੀਮੈਂਟ ਸਟੋਰ ਇਹਨਾਂ ਦਾ ਵੀ ਵਧੀਆ ਕੰਮ ਆ ਇੱਥੇ ਸਾਨੂੰ ਬਾਈ ਗੁਰਚਰਨਪਾਲ ਜੀ ਮਿਲੇ ਧੰਨਵਾਦ ਜੀ ਤੇ ਆਹ ਹੈ ਸਰਜੀਤ ਕੁਮਾਰ ਦੀ ਸਕੂਟਰ ਰਿਪੇਅਰ ਦੀ ਵਰਕਸ਼ਾਪ ਪਰ ਇਹਨਾਂ ਨੂੰ ਨੀਲਾ ਕਹਿੰਦੇ ਆ ਵੀ ਵਧੀਆ ਕੰਮ ਕਰਦੇ ਆ ਫਿਰ ਦੋਸਤੋ ਆਹ ਪਿੰਡ ਚ ਇੱਕ ਬਹੁਤ ਹੀ ਪੁਰਾਣਾ ਬਰਨੇ ਦਾ ਰੁੱਖ ਲੱਗਿਆ ਹੋਇਆ ਇਹ ਰੁੱਖ ਪਿੰਡ ਦੇ ਲਾਹੌਰੀ ਦਰਵਾਜੇ ਦੇ ਕੋਲ ਆ ਤੇ ਇੱਥੇ ਆਹ ਇੱਕ ਜਗ੍ਹਾ ਵੀ ਬਣੀ ਹੋਈ ਆ ਪਰ ਨਾਂ ਤਾਂ ਇੱਥੇ ਸਾਨੂੰ ਕੋਈ ਲਿਖਿਆ ਹੋਇਆ ਮਿਲੇ ਹਨ ਜੇ ਕਿਸੇ ਨੂੰ ਪਤਾ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਦੋਸਤੋ ਹੁਣ ਆਪਾਂ ਆ ਗਏ ਆ ਪੰਜਾਬ ਜਨਰਲ ਸਟੋਰ ਤੇ ਜਾਨੀ ਬਿੱਟੇ ਦੀ ਹੱਟੀ ਤੇ ਇਹ ਦੁਕਾਨ ਵੀ ਨੇੜੇ ਦੇੜੇ ਦੇ ਪਿੰਡਾਂ 'ਚ ਬਹੁਤ ਮਸ਼ਹੂਰ ਆ ਇੱਥੇ ਸਾਨੂੰ ਬਾਈ ਜਸਪਾਲ ਸਿੰਘ ਜੀ ਮਿਲੇ ਇਹਨਾਂ ਦੀ ਦੁਕਾਨ ਤੇ ਵੀ ਵਧੀਆ ਸਮਾਨ ਆ ਤੇ ਸਾਫ ਸਫਾਈ ਵੀ ਬਹੁਤ ਆ ਫਿਰ ਪਿੰਡੋਂ ਬਾਹਰ ਬਾਹਰ ਆਹਾ ਬਾਬਾ ਬਣਾਲਾ ਜੀ ਦੀ ਜਗ੍ਹਾ ਬਣਾਈ ਹੋਈ ਆ ਇਹ ਵੀ ਬਹੁਤ ਖੁੱਲੇ ਥਾਂ 'ਚ ਬਣਾਈ ਹੋਈ ਆ ਉਂ ਵੀ ਬਹੁਤ ਸਾਫ਼ ਸੁਥਰੀ ਤੇ ਸੋਹਣੀ ਥਾਂ ਬਣਾਈ ਹੋਈ ਆ ਇਹ ਇਸ ਜਗ੍ਹਾ ਨੂੰ ਵੀ ਬਹੁਤ ਲੋਕ ਮੰਨਦੇ ਨੇ ਫਿਰ ਪਿੰਡੋਂ ਬਾਹਰ ਬਾਹਰ ਆਹਾ ਲਾਲਾਂ ਵਾਲੇ ਪੀਰ ਜੀ ਦਾ ਦਰਬਾਰ ਬਣਾਇਆ ਹੋਇਆ ਲਾਲਾਂ ਵਾਲਿਆਂ ਦੀ ਜਗ੍ਹਾ ਆਪਾਂ ਤੁਹਾਨੂੰ ਪਹਿਲਾਂ ਪਿੰਡ 'ਚ ਵੀ ਇੱਕ ਦਿਖਾ ਚੁੱਕੇ ਆ ਪਰ ਆ ਜਗਾ ਪਿੰਡੋਂ ਬਾਰ-ਬਾਰ ਆ ਇਹ ਵੀ ਬਹੁਤ ਖੁੱਲੇ ਡੁੱਲੇ ਥਾਂ 'ਚ ਬਣਾਈ ਹੋਈ ਆ ਇੱਥੇ ਪਿੰਡ ਦੇ ਸਾਬਕਾ ਪੰਚਾਇਤ ਮੈਂਬਰ ਸ਼੍ਰੀ ਰਾਮਕ੍ਰਿਸ਼ਨ ਜੀ ਸੇਵਾ ਸੰਭਾਲ ਕਰਦੇ ਨੇ ਤੇ ਇਸ ਜਗ੍ਹਾ ਤੇ ਵੀ ਹਰ ਸਾਲ ਜੋੜ ਮੇਲਾ ਕਰਾਇਆ ਜਾਂਦਾ ਫਿਰ ਆ ਹੈ ਜੀ ਪਿੰਡ ਦਾ ਕਿਸ਼ਨ ਕਰਿਆਨਾ ਸਟੋਰ ਇਹ ਵੀ ਵਧੀਆ ਦੁਕਾਨ ਆ ਇੱਥੇ ਭਾਈ 파ਰਸ ਜੀ ਹੁੰਦੇ ਨੇ ਫਿਰ ਆਹ ਨੇ ਭਾਈ ਪ੍ਰਥੀਪਾਲ ਜੀ ਇਹ ਵੀਰ ਬਹੁਤ ਵਧੀਆ ਪੇਂਟ ਦਾ ਕੰਮ ਕਰਦੇ ਨੇ ਪਰ ਪਿਛਲੇ ਕੁਝ ਸਮੇਂ ਤੋਂ ਇਹਨਾਂ ਦੇ ਸੱਟ ਲੱਗਣ ਕਰਕੇ ਇਹ ਕੰਮ ਕਰ ਨਹੀਂ ਸਕੇ ਹੁਣ ਇਸ ਵੀਰ ਨੂੰ ਕੰਮ ਦੀ ਜ਼ਰੂਰਤ ਆ ਸੋ ਇਹਨਾਂ ਤੋਂ ਪੇਂਟ ਕਰਨ ਦਾ ਕੰਮ ਲਿਆ ਕਰੋ ਇਨਾਂ ਨੂੰ ਵੀ ਕੰਮ ਦੀ ਲੋੜ ਆ ਤੇ ਤੁਹਾਡਾ ਕੰਮ ਵੀ ਵਧੀਆ ਹੋਊ। ਇਸ ਵੀਰ ਨੇ ਸਾਡਾ ਵੀ ਬਹੁਤ ਸਾਥ ਦਿੱਤਾ। ਧੰਨਵਾਦ ਵੀਰ ਜੀ ਤੇ ਹੁਣ ਆਪਾਂ ਆ ਗਏ ਆ ਉਥੇ ਜਿੱਥੇ ਜਾਣਾ ਹੀ ਪੈਣਾ ਜਾਨੀ ਪਿੰਡ ਦੇ ਸ਼ਮਸ਼ਾਨਘਾਟ ਚ। ਇਹ ਸ਼ਮਸ਼ਾਨਘਾਟ ਪਿੰਡ ਦੀ ਪਾਣੀ ਵਾਲੀ ਟੈਂਕੀ ਕੋਲ ਆ ਪਰ ਬਹੁਤ ਵਧੀਆ ਬਣਾਏ ਹੋਏ ਨੇ। ਫਿਰ ਜਿਹੜਾ ਆ ਅਜਤਾਣੀ ਪਿੰਡ ਨੂੰ ਜਾਂਦਾ ਉਹਦੇ ਤੇ ਵੀ ਆਹ ਪਿੰਡ ਦੇ ਦੂਜੇ ਸ਼ਮਸ਼ਾਨਘਾਟ ਬਣਾਏ ਹੋਏ ਨੇ ਤੇ ਆਹ ਨੇ ਪਿੰਡ ਦੇ ਤੀਜੇ ਸ਼ਮਸ਼ਾਨਘਾਟ। ਇਹਦਾ ਬਾਗਲਾ ਮਾਰਨ ਹਾਲਾ ਬਾਕੀ ਮੀਹ ਕਣੀ ਨੂੰ ਬਰਾਂਡਾ ਦਾ ਪਾਇਆ ਹੋਇਆ। ਦਰਖਤ ਵੀ ਵਧੀਆ ਲਾਏ ਹੋਏ ਨੇ ਥੋੜੀ ਜੀ ਸਾਫ ਸਫਾਈ ਹੋ ਜਵੇ ਤਾਂ ਵਧੀਆ ਲੱਗਣਗੇ ਦੋਸਤੋ ਅਸੀਂ ਆਪਦੇ ਹਿਸਾਬ ਨਾਲ ਤਾਂ ਤਿੰਨਾ ਭਾਗਾਂ 'ਚ ਤੁਹਾਨੂੰ ਪੂਰਾ ਪਿੰਡ ਕੋਟਬਾਦਲ ਖਾਂ ਦਿਖਾਈ ਦਿੱਤਾ ਬਾਕੀ ਜੇ ਹਲੇ ਵੀ ਕੁਝ ਰਹਿ ਗਿਆ ਹੋਵੇ ਜਾਂ ਕਿਸੇ ਦਾ ਨਾਮ ਗਲਤ ਬੋਲਿਆ ਗਿਆ ਹੋਵੇ ਉਹਦੇ ਲਈ ਅਸੀਂ ਮਾਫੀ ਤਾਂ ਮੰਗਦੇ ਆ ਤੇ ਤੁਹਾਨੂੰ ਬੇਨਤੀ ਵੀ ਕਰਦੇ ਆ ਕਿ ਤੁਸੀਂ ਜਾਂ ਤਾਂ ਸਾਨੂੰ ਕਮੈਂਟ ਕਰਕੇ ਦੱਸ ਦਿਓ ਜਾਂ ਫਿਰ ਸਕਦੀਪ ਸਿੰਘ ਲੀਆਂ ਵਾਲੇ ਵੀਰ ਨੂੰ ਆਹ ਫੋਨ ਤੇ ਗੱਲ ਕਰਕੇ ਦੱਸ ਦਿਓ ਫਿਰ ਆਪਾਂ ਉਹ ਸਾਰਾ ਕੁਝ ਪਿੰਡ ਦੇ ਚੌਥੇ ਤੇ ਆਖਰੀ ਭਾਗ 'ਚ ਜ਼ਰੂਰ ਸ਼ਾਮਲ ਕਰਾਂਗੇ ਜੋ ਅਗਲੇ ਸ਼ੁੱਕਰਵਾਰ ਨੂੰ ਸਵੇਰੇ 4 ਵਜੇ ਆਊਗਾ ਹੋਣਿਆ ਭੁੱਲਾ ਚੁੱਕਾਂ ਦੀ ਮਾਫੀ ਦੇ ਦਿਓ ਤੇ ਸਾਡੇ ਸਾਰੇ ਪਿੰਡਾਂ ਦੇ ਪ੍ਰੋਗਰਾਮ ਦੇਖਿਆ ਕਰੋ ਅਸੀਂ ਆਪਦੇ ਨਿਓ ਬਹੁਤ ਮਿਹਨਤ ਕਰਕੇ ਤੁਹਾਡੇ ਪਿੰਡ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਜਾਣਕਾਰੀ ਤਿਆਰ ਕਰ ਰਹੇ ਹਾਂ ਤਾਂ ਕਿ ਉਹਨਾਂ ਨੂੰ ਆਪਦੇ ਪਿੰਡ ਦੀ ਜਾਣਕਾਰੀ ਲੈਣ ਲਈ ਸਾਰੇ ਪਿੰਡ ਚ ਘੁੰਮ ਫਿਰ ਕੇ ਲੋਕਾਂ ਤੋਂ ਪੁੱਛਣਾ ਨਾ ਪਵੇ ਬਸ YouTube ਤੇ ਜਾ ਕੇ ਆਪਦੇ ਪਿੰਡ ਦਾ ਨਾਮ ਭਰਨ ਤੇ ਉਹਨਾਂ ਦੇ ਸਾਹਮਣੇ ਆਹ ਡਾਕੂਮੈਂਟਰੀ ਆ ਜੂਗੀ ਸੋ ਸਾਡਾ ਸਾਥ ਦਿਆ ਕਰੋ ਅਸੀਂ ਅਖੀਰ ਚ ਇੱਕ ਵਾਰ ਫੇਰ ਕੋਟ ਬਾਦਲ ਖਾਨ ਨਗਰ ਨਿਵਾਸੀਆਂ ਦੇ ਪਿੰਡ ਦੇ ਸਰਪੰਚ ਸ੍ਰੀ ਹਰੀਸ਼ ਕੁਮਾਰ ਜੀ ਦੇ ਹਰਦੀਪ ਚੀਮਾ ਬਾਈ ਜੀ ਦੇ ਸਰਦਾਰ ਗੁਰਮukh ਸਿੰਘ ਉਪਲ ਵੀਰ ਜੀ ਦੇ ਤੇ ਸਰਦਾਰ ਗਰਮੀ ਸਿੰਘ ਬਿੱਲਾ ਵੀਰ ਜੀ ਦੇ ਬਹੁਤ ਧੰਨਵਾਦ ਦੀਆਂ ਇਹਨਾਂ ਵੀਰਾਂ ਨੇ ਸਾਨੂੰ ਬਹੁਤ ਹੀ ਸਤਿਕਾਰ ਦਿੱਤਾ ਤੇ ਸਾਨੂੰ ਪੂਰਾ ਸਹਿਯੋਗ ਦਿੱਤਾ ਜਿਉਂਦੇ ਰਹੋ ਜੀ ਹੁਣ ਮੈਨੂੰ ਇੱਥੇ ਹੀ ਇਜਾਜ਼ਤ ਦਿਓ ਸੋਮਵਾਰ ਨੂੰ ਮਿਲਾਂਗੇ ਪਿੰਡ ਰਾਜੋਵਾਲ ਦੇ ਪਹਿਲੇ ਭਾਗ ਦੇ ਸ਼ਾਮ ਨੂੰ 4 ਵਜੇ ਉਦੋਂ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਾਕਿਸਤਾਨੀ ਵੀਰਾਂ ਨੂੰ ਖੁਦਾ হাফেজ ਜਿਉਂਦੇ ਵੱਸਦੇ ਰਹੋ ਤੇ ਰੱਬ ਰੱਖਾ ਦੋਸਤੋ